ਦਸਾਂ ਮੱਛੀਆਂ ਤੋਂ 15 ਤੋਂ 20 ਲੱਖ ਰੁਪਏ ਨਾ ਬਚਾਵੇ ਇਨਸ਼ਾਅੱਲਾ ਤੇ ਮੈਂ ਜ਼ਿੰਮੇਦਾਰ ਬੈਠਾ ਜਿਹੜੇ ਮੇਰੇ ਦੋਸਤ ਮੇਰੇ ਨਾਲ ਪੜਦੇ ਉਹ ਸਰਕਾਰੀ ਜੌਬ ਕਰ ਰਹੇ ਆ ਉਹ ਹੁਣ ਕਹਿੰਦੇ ਆ ਕਿ ਅਸੀਂ ਸਰਕਾਰੀ ਜੌਬ ਛੱਡੀਏ ਤੇ ਤੇਰੇ ਵਾਲਾ ਕੰਮ ਕਰੀਏ ਉਹ ਮਹੀਨੇ ਦੇ ਵਿੱਚ 50000 ਰੁਪਏ 40 ਤੋਂ 50000 ਤਨਖਾਹ ਲੈਂਦੇ ਆ ਮੇਰੇ ਆਲ ਹਮਦੁਲਿਲਾ ਤਕਰੀਬਨ ਇੱਕ ਦਿਨ ਦਾ 10 ਤੋਂ 15000 ਰੁਪਏ ਬਚਤ ਮੈਂ ਇੱਕ ਸਾਦਾ ਜਿਹਾ ਬੰਦਾ ਹਾਂ ਕਿ ਜੇ ਕੰਮ ਸ਼ੁਰੂ ਕੀਤਾ ਤੇ ਪੰਜਾਂ ਗਾਵਾਂ ਤੋਂ ਸਟਾਰਟ ਕਰਕੇ ਤੇ ਹੁਣ ਮਾਸ਼ਾਅੱਲਾ 35 ਤਕਰੀਬਨ ਜਾਨਵਰ ਪਾਕਿਸਤਾਨ ਚ ਰਹਿੰਦੇ ਹੋਇਆ کوئی بہانہ نہیں چلدا میرے کولے زمین کوئی نہیں میں کتھوں چارہ لے کے آوناں کیویں کام کراں گا میں کر نہیں سکدا مینوں کرنا نہیں آندا میں پڑھا لکھا بندہ ہوں میں پٹھے کیویں پا سکدا ہوں مینوں تو پائے نہیں جانے یہ سارے بہانے ختم بسم اللہ الرحمن الرحیم السلام علیکم ناظرین حفیظ اقرام آپ کی خدمت میں حاضر ہوں اور اج آپ کے سامنے ڈیری فارم کا سمال ڈیری فارم کا بزنس رکھنے جا رہے ہیں ڈیٹیل کے ساتھ مکمل فیزیبلٹی کے ساتھ आप कैसे कर सकते हैं और अगर आप बात करें इस बिज़नेस के फ्यूचर की ये ऐसा बिज़नेस है इसका कोई मज़हब नहीं कोई फ़िरका नहीं कोई ज़ात नहीं हर रंग का हर नस्ल का हर तबके का बंदा इससे रिलेटेड है खरीदेगा भी ज़रूरत है और इसकी ज़िंदा मिसाल के पाकिस्तान में आज तक दूध की कैपेसिटी पूरी नहीं कर सका कोई बंदा पाकिस्तान की डिमांड इतनी है कि आज भी लिक्विड फार्म में डब्बे वाला दूध और खुश्क दूध भी बिक रहा, रहा है बाजारों में लेकिन फिर भी लोगों को किल्लत है ये फार्म आप कैसे बना सकते हैं अगर आप बछड़ियों से करें तो दस बछड़ियाँ रख के आप फार्मिंग का कैसे मजा ले सकते हैं बिज़नेस कैसे कर सकते हैं अगर आप गायों की फार्मिंग शुरू करें तो किस नस्ल की फार्मिंग करनी चाहिए किस तरह की गायों गाय लेनी चाहिए कितने इन्वेस्टमेंट करनी चाहिए कितनी देर में तैयार होंगी ये सारी ए टू जेड मालूम आपके सामने रखेंगे और कितना अच्छा बिजनेस है जिंदा मिसाल मेरे साथ मेरे भाई मौजूद हैं बिला तखीर वीडियो को लास्ट तक आपने वाच करना है ताकि आपको बिजनेस की समझ आए इसके फ्यूचर की समझ आए और आपके बजट के वाले से कि आप कितने में इस कारोबार को स्टार्ट कर सकते हैं असल जी वाले क्या हाल चाल है भाई अल्लाह शुक्र जी ਖਾਖਰੀਆ ਦਾ ਬਿਲਕੁਲ ਠੀਕ ਠਾਕ ਸਭ ਤੋਂ ਪਹਿਲੇ ਤਾਂ ਬਹੁਤ ਸ਼ੁਕਰੀਆ ਵੀ ਤੁਸੀਂ ਸਾਡੇ ਵੇਖਣ ਵਾਲਿਆਂ ਨੂੰ ਤੁਸੀਂ ਕੀਮਤੀ ਟਾਈਮ ਦਿੱਤਾ ਸਭ ਤੋਂ ਪਹਿਲੇ ਤੇ ਇਹ ਦੱਸੋ ਕਿ ਡੇਰੀ ਦਾ ਬਿਜ਼ਨਸ ਕਾਰੋਬਾਰ ਹਾਂਜੀ ਕਿੰਨੇ ਅਰਸੇ ਤੋਂ ਤੁਸੀਂ ਕਰ ਰਿਹਾ ਜੇ ਕਾਰੋਬਾਰ ਨੂੰ ਕੀ ਸਮਝਦੇ ਜੀ ਕਿ ਕਿਸ ਤਰ੍ਹਾਂ ਦਾ ਕਾਰੋਬਾਰ ਆ ਫਿਊਚਰ ਇਹਦਾ ਕਿਹਸਾ ਹੈ ਤੁਸੀਂ ਕਿੰਨੇ ਅਰਸੇ ਤੋਂ ਸ਼ੁਰੂ ਕੀਤਾ ਔਰ ਕਿਸ ਲੈਵਲ ਤੋਂ ਸ਼ੁਰੂ ਕੀਤਾ ਅਸੀਂ ਸਭ ਤੋਂ ਪਹਿਲੇ ਜੀ ਦੋਨਾਂ ਦੇਸੀ ਗਾਵਾਂ ਤੋਂ ਕੰਮ ਸ਼ੁਰੂ ਕੀਤਾ ਸੀ ਦੇਸੀ ਗਾਵਾਂ ਦਾ ਕੰਮ ਸਮਝ ਆਇਆ ਵਿਦੇਸੀ ਗਾਵਾਂ ਦਾ ਕੰਮ ਠੀਕ ਨਹੀਂ ਹੈਗਾ ਹੂੰ ਦੇਸੀ ਗਾਵਾਂ ਮਤਲਬ نسل ਦੇ ਇਤਬਾਰ ਨਾਲ ਦੁੱਧ ਨਹੀਂ ਦਿੰਦੀਆਂ ਜਿੱਦੋਂ ਮੈਂ ਤਾਂ 3 ਸਾਲ ਪੱਠੇ ਪਾ ਕੇ ਤਿਆਰ ਕਰਕੇ ਇਹ 2 ਸਾਲ ਪੱਠੇ ਪਾ ਕੇ ਤਿਆਰ ਕਰਕੇ ਜਿੱਦੋਂ ਤਿਆਰ ਹੁੰਦੀਆਂ ਸੀ ਉਹ ਕੋਈ 2-2 ਵਾਰੀ ਪਸਮ ਰਹੀ ਹੈ ਦੁੱਧ ਲੈ ਕੇ ਆਂਦੀ ਪਈ ਕੋਈ 3 ਵਾਰੀ ਲੈ ਕੇ ਆਂਦੀ ਪਈ ਹੈ ਫਿਰ ਦੁੱਧ ਦੇਣ ਲੱਗਿਆਂ ਲੱਤਾ ਮਾਰਦੀਆਂ ਸੀ ਹੂੰ ਇਸ ਤੋਂ ਅੱਗੇ ਵੀ ਦੁੱਧ ਦਿੰਦੀਆਂ ਥੋੜਾ ਸੀ ਸਹੀ ਹੈ ਤਕਰੀਬਨ 2-2 3-3 ਕਿਲੋ ਫਿਰ ਉਸ ਤੋਂ ਅੱਗੇ ਗੱਲ ਇਹ ਆ ਕਿ 2 ਮਹੀਨੇ 3 ਮਹੀਨੇ ਦੋ ਦਿਨਾਂ ਤੋਂ ਉਸ ਤੋਂ ਅੱਗੇ ਛੁੱਟੀ ਹੂੰ ਇਸ ਤੋਂ ਅੱਗੇ ਫਿਰ ਅਸੀਂ ਨਾਲ ਜੀ ਕ੍ਰਾਸ گاਵਾ ਵੱਲੇ ਮੁੜੇ ਜੀ ਵਾਪਸ ਸਹੀ ਹੋ ਗਿਆ ਕ੍ਰਾਸ گاਵਾ ਤਕਰੀਬਨ ਅਸੀਂ 5 ਰੱਖੀਆਂ ਪਹਿਲੇ 5 گاਵਾ ਰੱਖ ਕੇ ਤੇ ਫਿਰ ਅਸੀਂ ਉਹਨਾਂ ਨੂੰ ਮਤਲਬ ਅੱਲਾਹ ਤਾਲਾ ਨੇ ਉਹਦੇ ਵਿੱਚ ਮਦਦ ਕੀਤੀ ਸਾਡੇ ਜੀ ਹੂੰ ਹੁਣ ਮਾਸ਼ਾਅੱਲਾ ਅਸੀਂ ਨਾਲ ਵਛੜੀਆਂ ਦਾ ਤਿਆਰ ਕਰ ਲੀਆਂ ਜੀ ਮਾਸ਼ਾਅੱਲਾ ਹੁਣ ਤਾਂ ਮਾਸ਼ਾਅੱਲਾ ਸਾਡੇ ਕੋਲ ਤਕਰੀਬਨ 30 35 ਜਨੂਅਰੀ ਹੋ ਗਏ ਸਹੀ ਹੈ ਇਹਦੇ ਵਿੱਚ ਸਾਡਾ ਸਾਰਾ ਰੋਜ਼ਗਾਰ ਆ ਜੀ ਸਾਰਾ ਕੁਝ ਸਾਰ ਸਾਰੀ ਮੈਨੇਜਮੈਂਟ ਇਹਦੇ ਵਿੱਚ ਹੋ ਰਹੀ ਹੈ ਮਾਸ਼ਾਅੱਲਾ ਤੇ तकरीबन मतलब ਅਸੀਂ ਤਾਂ ਕਹਿੰਦੇ ਆ ਇਹਨੂੰ ਤੂੰ ਚੰਗਾ ਕਾਰੋਬਾਰੀ ਕੋ ਨਹੀਂ ਜਿਸ ਬੰਦੇ ਨੇ ਮਤਲਬ ਨੌਕਰੀ ਨਹੀਂ ਕਰਨੀ ਜਾਂ ਬਾਹਰ ਨਹੀਂ ਜਾਣਾ ਇੱਥੇ ਕੰਮ ਕਰਨਾ ਚਾਹੁੰਦਾ ਥੋੜੇ ਜਿਹੇ ਪੈਸੇ ਲਾ ਕੇ ਕਰਨਾ ਚਾਹੁੰਦਾ ਇਹਨੂੰ ਤੂੰ ਚੰਗਾ ਕੰਮ ਸਾਡੀ ਸਮਝ ਦੇ ਮੁਤਾਬਕ ਨਹੀਂ ਆਇਆ ਕਿਹੜੀ نسل ਦਾ ਜਾਨਵਰ ਔਰ ਕਿਸ ਲੈਵਲ ਤੇ ਬੰਦਾ ਰਹਿ ਕੇ ਜਾਨਵਰ ਕਿਵੇਂ ਖਰੀਦੇ ਕਿਸ ਤਰ੍ਹਾਂ ਦਾ ਖਰੀਦੇ ਕਿੰਨੀ ਕ ਇਨਵੈਸਟਮੈਂਟ ਤੋਂ ਸ਼ੁਰੂ ਕਰੇ ਜਿਹੜਾ ਜਾਨਵਰ ਖਰੀਦਣ ਵਾਲੀ ਗੱਲ ਆਣਾ ਜੀ ਇਹ ਬੰਦੇ ਦਾ ਇੱਕ ਲੈਵਲ ਹੈ ਬੰਦਾ ਕਿਸ ਲੈਵਲ ਦਾ ਹੈ ਜਿਸ ਲੈਵਲ ਦਾ ਬੰਦਾ ਉਹਨੂੰ ਉਸ ਮੁਤਾਬਕ ਕੰਮ ਕਰਨਾ ਚਾਹੀਦਾ ਹੈ ਮਤਲਬ ਇੱਕ ਬੰਦਾ ਸ਼ਾਵਰ ਫੈਨ ਵਗੈਰਾ ਨਹੀਂ ਲਾ ਸਕਦਾ ਜੇ ਸੀ ਮੌਰ ਰੱਖਣਾ ਚਾਹੁੰਦਾ ਹੈ ਉਹਨੂੰ ਫਿਰ ਚਾਹੀਦਾ ਪਾਕਿਸਤਾਨੀ ਜਿਹੜੇ ਫਰੀਜ ਹਨਗਾਵਾਂ ਨੇ ਪਾਕਿਸਤਾਨੀ ਕ੍ਰਾਸ ਹਨ ਇਹਦੇ ਬਾਰੇ ਧਿਆਨ ਕਰਨਾ ਚਾਹੀਦਾ ਬਹੁਤ ਸੀ ਇਹ ਦੱਸੋ ਕਿ ਇੱਕ ਬੰਦਾ ਬੱਚੀਆਂ ਲੈਣਾ ਚਾਹੁੰਦਾ ਹੈ ਕਿੰਨੇ ਇੱਕ ਬਜਟ ਤੋਂ ਇਸ ਫਾਰਮਿੰਗ ਨੂੰ ਸਟਾਰਟ ਕਰ ਸਕਦਾ ਹੈ ਔਰ ਜਿਸ ਤਰ੍ਹਾਂ ਦੀ ਤੁਸੀਂ ਬੱਚੀਆਂ ਕਹਿ ਰਹੇ ਜੇ ਕਿੰਨੇ ਦੀਆਂ ਆਉਣ ਦੀਆਂ ਸਾਲ ਦਾ ਖਰਚਾ ਕਿੰਨਾ ਕਿੰਨਾ ਹੋਏਗਾ ਕੇਸ ਲੈਵਲ ਦੀ ਬੱਚੀ ਖਰੀਦਣੀ ਚਾਹੀਦੀ ਹੈ ਮੈਂ ਤੁਹਾਨੂੰ ਦੱਸਿਆ ਵੀ ਤੁਸੀਂ ਬੱਚੀ ਨਾਲ ਜੀ 1 ਲੱਖ ਰੁਪਏ ਦੀ ਜਿਹੜੀ ਐਵਰੇਜ ਆ ਉਹ ਬੱਚੀ ਲਓ ਜਿਹੜਾ ਸੈਲਜ ਹੈ ਤੁਸੀਂ ਕੱਖ ਨਹੀਂ ਕਰਨਾ ਸਾਰਾ ਕੁਝ ਮੁੱਲ ਲੈ ਕੇ ਪਾਉਣਾ 1 ਲੱਖ ਰੁਪਏ ਖਰਚਾ ਆਵੇਗਾ 1 ਸਾਲ ਦਾ ਇੱਕ ਬੱਚੀ ਦਾ ਅੱਛਾ ਵੀ ਤੁਸੀਂ ਕੱਲੇ ਸੈਲਜ ਤੇ ਤਿਆਰ ਕਰਨੀ ਹਾਲਾਂਕਿ ਆਮ ਬੰਦੇ ਸੈਲਜ ਕੱਲੇ ਤੇ ਤਿਆਰ ਨਹੀਂ ਕਰਦੇ ਮਗਰ ਟੂੜੀ ਵੰਡਾ ਸਭ ਪਿਆਰਾ ਸਭ ਖਤਮ ਕੁਝ ਵੀ ਨਹੀਂ ਕਰਨਾ ਸੈਲਜ ਲੈਣਾ ਤੇ ਉਹ ਵੀ ਮੁੱਲ ਲੈ ਕੇ ਪਾਉਣਾ ਹੂੰ 1 ਲੱਖ ਰੁਪਏ ਇੱਕ ਵચ્ਚੀ ਦਾ ਖਰਚਾ ਆਉਂਦਾ ਸਾਲ ਦਾ ਸਾਲ ਦਾ 1 ਲੱਖ ਦੀ ਵચ્ਚੀ 1 ਲੱਖ ਰੁਪਏ ਖਰਚਾ ਆਉਂਦਾ 1 ਲੱਖ ਰੁਪਏ ਖਰਚਾ ਤੇ ਸਾਲੇ ਤੋਂ ਇਲਾਵਾ ਵੀ ਖਰਚੇ ਹੁੰਦੇ ਸਾਲੇ ਤੋਂ ਇਲਾਵਾ ਖਰਚੇ ਜਿਹੜੇ ਆ ਮੁਲਾਜ਼ਮ ਰੱਖੋਗੇ ਤੁਸੀਂ 20000 ਰੁਪਏ ਮਹੀਨੇ ਤੇ ਹੂੰ ਸਾਲ ਦਾ ਤਕਰੀਬਨ 2.5 ਲੱਖ ਰੁਪਏ ਮੁਰਾਦ ਹੁੰਦਾ 2.40 2.5 ਕਰ ਲਓ ਲੱਖ ਰੁਪਏ ਤੁਸੀਂ ਖਰਚਾ ਪਾ ਲੋ ਐਕਸਟਰਾ ਬਿਜਲੀ ਦੇ ਬਿੱਲ ਹੂੰ ਦਸਾਂ ਵચ્ਚੀਆਂ ਤੇ ਦਸਾਂ ਵચ્ਚੀਆਂ ਤੇ ਇਹ ਤੁਸੀਂ 20 ਵચ્ਚੀਆਂ ਰੱਖੋਗੇ ਖਰਚਾ ਤਾਂ ਵੀ ਇੰਨਾ ਹੀ ਰਹਿਣਾ ਹੂੰ ਅਜਿਹੇ ਮੁਲਾਜ਼ਮ ਦਾ ਜਿਹੜੀ ਦਾ ਖਰਚਾ ਵੀ ਹੋਣਾ ਹੈ ਮੁਲਾਜ਼ਮ ਦਾ ਖਰਚਾ ਵੀ ਹੋਣਾ ਹੈ ਮੁਲਾਜ਼ਮ ਦਾ ਖਰਚਾ ਵੀ ਹੋਣਾ ਤੁਸੀਂ 20 ਬੱਚੇ ਤਿਆਰ ਕਰਦੇ ਜੇ ਤਾਂ ਵੀ ਖਰਚਾ ਹੋਣਾ 10 ਬੱਚੇ ਤਿਆਰ ਕਰਦੇ ਤਾਂ ਵੀ ਖਰਚਾ ਹੋਣਾ ਹੂੰ ਅੱਛਾ ਜਿਹੜਾ ਸਾਈਲੇਜ ਹੈ ਜਿਹਦੀ ਸੈਲੀ ਦੀ ਤਿਆਰ ਹੋਈ ਬੱਚੀ ਹੈ ਤੁਸੀਂ ਜਿਹੜਾ ਬੰਦਾ ਥੋੜਾ ਜਿਹਾ ਫਾਰਮਿੰਗ ਨੂੰ ਸਮਝਦਾ ਉਹਨੂੰ ਪਤਾ ਹੈ ਸਾਈਲੇਜ ਦੀ ਤਿਆਰ ਹੋਈ ਬੱਚੀ ਦਾ ਤੇ ਕਾਮ ਪੱਠੇ ਪਾ ਕੇ ਜਿਹੜਾ ਸਬਜ਼ ਚਾਰੇ ਦੀ ਤਿਆਰ ਹੋਈ ਬੱਚੀ ਹੈ ਹੂੰ ਦਾ ਦੋਨੋਂ ਦਾ ਤਕਰੀਬਨ 1 ਲੱਖ ਰੁਪਏ ਦਾ ਰੇਟ ਦਾ ਫਰਕ ਹੁੰਦਾ ਅੱਛਾ ਹਾਂਜੀ ਕਿ ਇਹ ਜਿਹੜਾ ਤਿਆਰ ਹੋਈ ਵੱਛੀ ਕਿੰਨੇ ਦੀ ਸਾਲ ਸਾਲ ਬਾਅਦ ਕਿੰਨੇ ਦੀ ਫਰੋਖਤ ਹੋਏਗੀ ਕਿੰਨੇ ਮਹੀਨਿਆਂ ਦੀ ਗੱਭਣ ਹੋਏਗੀ ਇਹ ਜਦੋਂ ਆਪਾਂ ਇੱਕ ਸਾਲ ਦੀ ਵੱਛੀ ਲੈਣੀ ਆ ਨਾ ਸਾਲ ਤੋਂ ਸਵਾ ਸਾਲ ਦੀ ਹੂੰ ਜੇ ਤਾਂ ਬੰਦਾ ਸਾਹਮ ਕਰਨ ਵਾਲਾ ਹੋਵੇ ਵੱਛੀ 7 ਮਹੀਨੇ ਦੀ ਵੀ ਟੀਕਰ ਖਾ ਲੈਂਦੀ ਅੱਛਾ ਘਾਟ ਤੋਂ ਘਾਟੂ ਮਰ ਜਿਹੜੀ ਆ 7 ਮਹੀਨੇ ਤੋਂ ਵੱਛੀ ਵੀ ਟੀਕਰ ਖਾ ਸਕਦੀ ਆ ਮਤਲਬ ਬੰਦਾ ਕੋ ਸਹਮਣ ਵਾਲਾ ਹੋਵੇ ਮਤਲਬ ਕਿ 8 9 ਮਹੀਨੇ ਦੀ ਗੱਭਣ ਹੋਏਗੀ ਸਾਲ ਬਾਅਦ ਹਾਂ ਜਿਹੜੀ ਤੁਸੀਂ ਮਤਲਬ ਸਾਹਮ ਹਨ ਪਿੱਛੋਂ ਸਾਲ ਇੱਕ ਪਿੱਛੇ ਕਿਸ ਨੇ ਕਿਵੇਂ ਸਾਹਮ ਕੀਤੀ ਇਹ ਨਹੀਂ ਪਤਾ ਹੂੰ ਮੈਂ ਤੁਹਾਨੂੰ ਇਹ ਕਹਿ ਰਿਹਾ ਜੇ ਕੋਈ ਘਰ ਦੀ ਵਿੱਚ ਤਿਆਰ ਕਰਨੀ ਚਾਹੁੰਦਾ ਹੈ ਉਹ 1 ਸਾਲ ਦੇ 7-8 ਮਹੀਨੇ ਦੇ ਵਿੱਚ ਨੀਂ ਟਿਕਾ ਰਖਵਾ ਸਕਦਾ ਇਹਨਾਂ ਦੇ ਵਿੱਚ ਇੰਨੀ ਮਤਲਬ ਇਸ ਨਸਲ ਦੇ ਵਿੱਚ ਨੀ ਕੁਆਲਿਟੀ ਹੈਗੀ ਹੈ ਅੱਛਾ ਹਾਂਜੀ ਲੇਕਿਨ ਜੇ ਜੀ ਆਪਾਂ ਵਿੱਚੀ ਸਵਾ ਸਾਲ ਦੀ ਲੈ ਕੇ ਆਣੀ ਪਿੱਛੋਂ ਉਹ 2-3 ਮਹੀਨੇ ਦੇ ਵਿੱਚ ਵਿੱਚ ਉਹ ਬੱਚੀ ਘਰ ਹੋ ਜਾਣਗੀ ਇਨਸ਼ਾਅੱਲਾ ਪਰ ਖਰਚੇ ਜਿਹੜੇ ਨੇ ਇਹ ਐਡ ਕਰਕੇ ਇੱਕ ਬੱਚੀ ਸਾਲ ਜਿੰਨਾ ਖਰਚਾ ਕਰਾਏਗੀ ਤਕਰੀਬਨ ਨਾ ਜੀ ਇੱਕ ਬੱਚੀ 2 ਲੱਖ 30 ਤੋਂ 35 ਹਜ਼ਾਰ ਦੇ ਵਿੱਚ ਮਤਲਬ 1 ਲੱਖ ਦੀ ਵੱਚੀ ਆ ਲੱਖ ਦਾ ਸੈਲਜ ਹੈ ਤੇ 35 ਹਜ਼ਾਰ ਬਾਕੀ ਸਾਰੇ ਖਰਚੇ ਪਾ ਕੇ ਸਾਰੇ ਖਰਚੇ ਪਾ ਕੇ 35 ਹਜ਼ਾਰ ਰੁਪਏ ਤਕਰੀਬਨ ਵੱਚੀ ਦਾ ਖਰਚਾ ਆਏਗਾ ਸਾਲ ਬਾਅਦ ਕਿੰਨੇ ਦੀ ਹੋਏਗੀ ਸਾਲ ਬਾਅਦ ਜਿਹੜੀ ਸੈਲੀ ਦੀ ਤਿਆਰ ਵੱਚੀ ਹੋਏ ਨਾ ਜੀ ਤੇ ਮਤਲਬ ਘੱਟ ਤੋਂ ਘੱਟ ਵੀ ਮਤਲਬ ਵੱਚੀ ਤਿਆਰ ਹੋ ਕੇ 5.5 ਲੱਖ ਦੀ ਵੇਖ ਸਕਦੀ ਕੋਈ ਲੇਕਿਨ 5.5 ਨੂੰ ਨਾ ਕਰੋ ਤੁਸੀਂ 5 ਵੀ ਨਾ ਗਿਨੋ 4.5 ਲੱਖ ਦੀ ਕਰ ਲਓ 4.5 ਨੂੰ ਵੀ ਛੱਡ ਦਿਓ 4 ਲੱਖ ਦਾ ਸਾਡਾ ਸੇਲ ਪਰਚੇਜ ਦਾ ਕੰਮ ਹੈ ਅੱਛਾ ਸੇਲ ਪਰਚੇਜ਼ ਦਾ ਸਾਡਾ ਕੰਮ ਹੈ ਮੇਰੇ ਕੋਈ ਅੰਡਰ ਰਹਿ ਕੇ ਬੰਦਾ ਸਾਹਮਣੇ ਦਾ ਕੰਮ ਕਰੇ ਹੁਣ ਕੋਈ ਬੰਦਾ ਵੀਡੀਓ ਵੇਖ ਰਿਹਾ ਹੈ ਹਾਂਜੀ ਉਹ ਕਹਵੇ ਕਿ ਮੇਰੇ ਕੋਲੇ ਤਿਆਰ ਵੱਛੀ ਆ ਹਾਂਜੀ ਚੰਗੀ ਸੋਹਣੀ ਆ ਹਾਂਜੀ ਜਿਸ ਤਾ ਤੁਸੀਂ ਕਿਸ ਨਸਲ ਦੀਆਂ ਵੱਛੀਆਂ ਦੀ ਗੱਲ ਕਰ ਰਹੇ ਜੇ ਵੀ ਦਾ ਬੱਛੀਆਂ ਦੀ ਗੱਲ ਕਰ ਰਹੇ ਜਿਹੜੇ ਪਾਕਿਸਤਾਨੀ ਫਰੀਜ਼ੀਅਨ ਵੱਛੀਆਂ ਸਾਫ਼ ਸੁਥਰੀਆਂ ਸੋਹਣੀਆਂ ਵੱਛੀਆਂ ਲੱਖ ਦੀ ਸਵਾ ਸਾਲ ਦੀ ਵੱਛੀ ਆਏਗੀ ਉਹ ਲੱਖ ਦੀ ਆ ਜਾਏਗੀ ਲੱਖ ਦੀ ਆ ਜਾਏਗੀ ਲੱਖ ਦਾ 10 ਦੀ ਲੱਖ 90 ਹਜ਼ਾਰ ਤੋਂ ਲੱਖ ਕਿਤੇ 1 ਲੱਖ 10 ਤੱਕ ਆ اچھا ਮਾਲਕ ਲੱਖ ਦੀ ਆ ਗਈ ਐਵਰੇਜ ਅੱਛੀ ਵੱਛੀ ਆ ਗਈ ਤਿਆਰ ਹੋ ਕੇ 4 ਲੱਖ ਦੀ ਤੁਸੀਂ ਅਗਰ ਤੁਹਾਨੂੰ ਕੋ ਬੰਦਾ ਕਹੇ ਕਿ ਲੈ ਵੀ ਬਾਹ ਤੂੰ ਗੱਲ ਕੀਤੀ ਸੀ ਮੇਰੇ ਕੋ ਖਰੀਦ ਅਸੀਂ ਸਰ ਜਿਹੜੀ ਗੱਲ ਕਰਦੇ ਹਾਂ ਉਹਦੇ ਤੇ ਪੂਰਾ ਉਤਰਦੇ ਹਾਂ ਅਸੀਂ ਐਵੇਂ ਗੱਲ ਕਦੇ ਨਹੀਂ ਕੀਤੀ ਮਤਲਬ ਅੱਲਾ ਦਾ ਸ਼ੁਕਰ ਹੈ ਜਿਸ ਬੰਦੇ ਦੀ ਗੱਲ ਨਹੀਂ ਉਹ ਬੰਦਾ ਨਹੀਂ ਹਾਂ ਮੈਂ ਕਿ ਤੁਹਾਡਾ ਕਹਿਣ ਦਾ ਮਕਸਦ ਇਹ ਹੈ ਕਿ 10 ਬੱਚੀਆਂ ਜਿਹੜੀਆਂ ਨੇ ਨਾ 10 ਲੱਖ ਰੁਪਏ ਉਹਨਾਂ ਦੀ ਪਰਚੇਜ਼ਿੰਗ ਆ ਤੇ 10 ਲੱਖ ਕਿ ਉਹਨਾਂ ਦੇ ਉੱਪਰ ਖਰਚਾ ਹੈ 20 ਲੱਖ ਹੋ ਗਿਆ 35000 ਦੇ ਹਿਸਾਬ ਨਾਲ 1.5 ਤੋਂ 3 ਲੱਖ ਰੁਪਏ ਤਕਰੀਬਨ 10 ਬੱਚੀਆਂ ਦਾ ਮਤਲਬ ਕਿ 23 ਲੱਖ ਉਹਨਾਂ ਦਾ ਕਾਸਟ ਆ ਗਈ ਖਰਚਾ ਆ ਗਿਆ ਆ ਗਿਆ ਇੱਕ ਵੱਛੀ ਸਾਲ ਬਾਅਦ ਤੁਸੀਂ ਕਹਿੰਦੇ ਚ 4 ਲੱਖ ਦੀ فروਖਤ ਹੋਏਗੀ ਹਾਂਜੀ 1,65,000 ਰੁਪਏ ਇਹ ਇਹ ਹਫਤ ਸਾਹਿਬ ਤੁਹਾਨੂੰ ਘੱਟ ਤੋਂ ਘੱਟ ਦੱਸਦੇ ਪਏ ਸੀ ਅੱਛਾ ਇਹ ਤੁਹਾਨੂੰ ਘੱਟ ਤੋਂ ਘੱਟ ਦੱਸਦੇ ਪਏ ਸੀ ਸਭ ਤੋਂ ਲੋਥਲੇ ਜਾ ਕੇ ਹੂੰ ਕਮ ਅਜ਼ ਕਮ ਇਹਨਾਂ ਫਿਰ ਇੱਕ ਹੋਰ ਸੁਣ ਲਓ ਹਾਂਜੀ ਇੱਕ ਆਪ ਲੱਖ ਰੁਪਏ ਗਿਨੇ ਨਾ ਸੈਲਜ ਦਾ ਹੂੰ ਜਿਸ ਬੰਦੇ ਕੋਲ ਦੋ ਚਾਰ ਇੱਕ ਜ਼ਮੀਨ ਦੇ ਹੈ ਹੂੰ ਯਾ ਮਤਲਬ ਚਾਹੁੰਦਾ ਹੈ ਉਹਨੂੰ ਕੋ ਪੈਸੇ ਪਹਿਲੇ ਆ ਗਏ ਹੈ ਹੂੰ ਉਹ ਇਨਵੈਸਟ ਕਰਨ ਚਾਹੁੰਦਾ ਉਹ ਸੈਲਜ ਖੁਦ ਤਿਆਰ ਕਰ ਲਵੇ ਹਾ ਜ਼ਬਰਦਸਤ ਉਹ ਖਰਚਾ ਵੀ ਘਟ ਜਾਏਗਾ ਉਹਨੂੰ ਸੈਲਰੀ ਪਵੇਗਾ ਤਕਰੀਬਨ ਹੁਣ ਆਪਾਂ ਸੈਲਰੀ ਦਾ 175 ਰੁਪਏ ਦਾ ਹਿਸਾਬ ਲਾਣੇ ਨਾ ਆ ਇੱਕ ਮਹੀਨੇ ਦਾ ਕਿੰਨੇ ਦਾ ਬਣ ਗਿਆ ਜੀ ਤੇ ਇੱਕ ਦਿਨ ਦਾ ਕਿੰਨੇ ਦਾ ਬਣ ਗਿਆ 250 ਦਾ 270 ਰੁਪਏ ਦਾ ਆਪਾਂ ਪਾਇਆ 270 ਰੁਪਏ ਦਾ ਪਰ ਡੇ ਦਾ ਬਣ ਗਿਆ ਪਰ ਡੇ ਦਾ ਤੇ ਅਗਰ ਉਹ ਆਪਣਾ ਸੈਲਰੀ ਚਾਰ ਕਰਦਾ ਆਪਣਾ 175 ਵਾਲਾ ਕਿੰਨੇ ਦਾ ਪਵੇਗਾ ਉਹਨੂੰ ਜਿਆਦਾ ਤੋਂ ਜਿਆਦਾ 10 ਰੁਪਏ ਕਿਰਪਾਵੇਗਾ ਅਜਾ ਬਹੁਤ ਬਹੁਤ ਜ਼ਾਰੇ ਲੋਕ ਹੈਗੇ ਨਾ ਕਿਨਾਂ ਨੂੰ شناخت ਨਹੀਂ ਹੁੰਦੀ ਚੀਜ਼ਾਂ ਹੁਣ ਅਸੀਂ ਵੀ ਕਈ ਬੜਾ ਅਰਸਾ ਹੋ ਗਿਆ ਇਸ ਫੀਲਡ ਦੇ ਅੰਦਰ ਲੇਕਿਨ ਚੀਜ਼ ਨੂੰ ਵੇਖ ਕੇ ਉਹਦੀ شناخت ਨਹੀਂ ਇਹਨੇ ਬੜਨਾ ਹੈ ਅੱਗੇ ਕੀ ਹੋਏਗਾ ਕਈ ਚੰਗੇ ਰਵੇ ਦੀਆਂ ਵੀ ਮਾਠੀਆਂ ਨਿਕਲ ਆਉਂਦੀਆਂ ਨੇ ਕਈ ਮਾਠੇ ਰਵੇ ਦੀਆਂ ਵੀ ਚੰਗੀਆਂ ਨਿਕਲ ਆਉਂਦੀਆਂ ਨੇ ਇਸ ਪ੍ਰੋਬਲਮ ਨੂੰ ਕਿਵੇਂ ਹੱਲ ਕੀਤਾ ਜਾਏਗਾ ਸਭ ਤੋਂ ਮੇਨ ਪੁਆਇੰਟ ਵਾਲੀ ਗੱਲ ਹੀ ਆ ਕੀਤੀ ਜੀ ਸਭ ਤੋਂ ਤਿੰਨ ਚੀਜ਼ਾਂ ਜੀ ਤਿੰਨ ਚੀਜ਼ਾਂ ਤੋਂ ਬਗੈਰ ਤੁਸੀਂ ਇਸ ਬਿਜ਼ਨਸ ਤੋਂ ਫਾਇਦਾ ਨਹੀਂ ਲੈ ਸਕਦੇ ਹੂੰ ਸਭ ਤੋਂ ਪਹਿਲੇ ਜਾਨਵਰ ਦਾ ਨਸਲੀ ਹੋਣਾ ਹੂੰ ਦੂਸਰੇ ਨੰਬਰ ਤੇ ਜਾਨਵਰ ਦੀ ਜਗਾ ਅੱਛੀ ਹੋਣਾ ਹੂੰ ਤੀਸਰੇ ਨੰਬਰ ਤੇ ਜਾਨਵਰ ਦੀ ਖੁਰਾਕ ਅੱਛੀ ਹੋਣਾ ਕੀ ਬਾਤ ਹੈ ਅਸਲ ਗੱਲ ਇਹੀ ਆ ਤਿੰਨ ਆ ਤਿੰਨ ਗੱਲਾਂ ਹੀ ਅਸਲ ਆ ਤਿੰਨੇ ਚੀਜ਼ਾਂ ਦੇ ਵਿੱਚੋਂ ਇੱਕ ਸ਼ਾ ਵੀ ਮਿਸ ਹੋਈ ਤੁਸੀਂ ਬਚਤ ਨਹੀਂ ਲੈ ਸਕਦੇ ਫਿਰ ਤੁਸੀਂ ਸਾਡੇ ਤੇ ਗਿਲਾ ਨਹੀਂ ਕਰਨਾ ਤੁਸੀਂ ਲੈਣ ਗਏ ਜੇ ਬਲੇਤਨ ਗਾਂ ਤੇ ਲੈ ਕੇ ਆ ਗਏ ਧੰਨੀ ਦੀਆਂ ਗਾਵਾਂ ਹਾਂ ਫਿਰ ਤੁਸੀਂ ਕਹੋਗੇ ਉਹ ਫਾਰਮੂਲਾ ਲੱਗ ਨਹੀਂ ਰਿਹਾ ਜਿਹੜਾ ਲੱਗਦੀਆਂ ਤੇ ਸੋਹਣੀਆਂ ਪਈਆਂ ਸੀ ਲੈ ਆਂਦੀਆਂ ਹਾਂ ਚਮਕਦੇ ਧਮਕਦੇ ਜਾਂ ਤਾਂ ਤੁਸੀਂ ਸਾਡਾ ਵੀ ਚੈਨਲ ਹੈਗਾ ਬਾਉ ਵਰਕ ਟੀਵੀ ਦੇ ਨਾਮ ਤੇ ਨਾ ਜੀ ਮੇਰਾ ਚੈਨਲ ਹੈ ਸਾਡਾ ਕੰਮ ਹੀ ਇਹ ਹੈ ਨਸਲੀ ਜਾਨਵਰ ਸੇਲ ਪਰਚੇਸ ਦਾ ਕੰਮ ਵੀ ਸਾਡਾ ਕਰਨੇ ਆ ਕੋਈ ਸਾਡਾ ਭਾਈ ਸਾਡੇ ਤੋਂ ਰਹਿਨਮਾਈ ਲੈਣਾ ਚਾਹੁੰਦਾ ਹੈ ਅਸੀਂ ਅਲਹਮਦੁਲਿਲਾ 24 ਘੰਟੇ ਹਾਜ਼ਰ ਹਾਂ ਸਹੀ ਹੈ ਬਹੁਤ ਸ਼ੁਕਰੀਆ ਬਹੁਤ ਤੁਸੀਂ ਆਦਾ ਕੀਮਤੀ ਟਾਈਮ ਦਿੱਤਾ ਵੀਵਰਸ ہمارا ਮਕਸਦ ਇਹ ਹੁੰਦਾ ਹੈ ਕਿ ਆਪਕੋ ਬਿਜ਼ਨਸ ਉਹ ਜੋ ਤਾਹ ਯਾਦ ਆਪਕੇ ਸਾਥ ਰਹੇ वो कारोबार जो आप नहीं बल्कि आपकी नस्लें भी उसके साथ सर्वाइव करें और वो आपकी नस्लों के साथ चले आज की वीडियो में मेन चीज़ अगर एक बंदे के पास ज़मीन नहीं है अपनी जायदाद नहीं है अपनी ज़मीनें नहीं है वो खरीद कर चारा परचेज़ करके सालेज परचेज़ करके भी फार्मिंग करना चाहे तो नुकसानदेह नहीं है दीगर मालूम अगर आप लेना चाहें तो बाउवेरक टी वी को आप सब्सक्राइब करके उस पर रबता कर सकते हैं ਆਪਣੇ ਮੇਜ਼ਬਾਨ ਆਫਲ ਇਕਰਾਮ ਨੂੰ دیں ਇਜਾਜ਼ਤ ਇਨਸ਼ਾਅੱਲਾ ਐਸੀ ਹੀ ਇਨਫੋਰਮੇਟਿਵ ਵੀਡੀਓ ਕੇ ਲਿਏ ਦੇਖਤੇ ਰਹੀਏ ਸਾਡਾ ਸੋਹਣਾ ਦੇਸ਼ ਪੰਜਾਬ ਮਿਲेंगे نئی ਵੀਡੀਓ ਵਿੱਚ ਤਬ ਤੱਕ ਕੇ ਲੀਏ ਅਲਵਿਦਾ